ਦੇ ਸਟੂਡੈਂਟਸ ਵੈਲਕਮ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਵਾਟਰ ਪੋਲੂਸ਼ਨ ਬਾਰੇ ਪੂਰੀ ਡਿਟੇਲ ਦੇ ਵਿੱਚ ਪੜਾਂਗੇ ਇਹਦਾ मीनिंग ਡੈਫੀਨੇਸ਼ਨ ਕਿਹੜੇ ਕਿਹੜੇ ਸੋਰਸਸ ਨੇ ਵਾਟਰ ਪੋਲੂਸ਼ਨ ਦੇ ਟਾਈਪਸ ਕੀ ਨੇ ਇਹਦੀਆਂ ਤੇ ਇਹਦੇ ਇਫੈਕਟ ਕੀ ਨੇ ਤੇ ਕਿਵੇਂ ਇਹਨਾਂ ਤੋਂ ਬਚਿਆ ਜਾ ਸਕਦਾ ਹੈ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਵਾਟਰ ਪੋਲੂਸ਼ਨ ਹੁੰਦਾ ਕੀ ਹੈ ਹੁਣ ਜੋ ਪਾਣੀ ਹੈ ਇਹ ਸਾਨੂੰ ਨੇਚਰ ਵੱਲੋਂ ਬਹੁਤ ਹੀ ਜ਼ਿਆਦਾ ਪ੍ਰੀਸ਼ੀਅਸ ਅਬਜੈਕਟ ਦਿੱਤੀ ਗਈ ਹੈ ਤੇ ਇਹਦੇ ਤੋਂ ਅਸੀਂ ਕੋਈ ਵੀ ਮੁਨਕਰ ਨਹੀਂ ਹੋ ਸਕਦੇ ਕਿਉਂਕਿ ਵਾਟਰ ਤੋਂ ਬਿਨਾ ਜਿਹੜਾ ਜੀਵਨ ਉਹ ਬਿਲਕੁਲ ਹੀ ਅਸੰਭਵ ਹੈ ਹੁਣ ਪਾਣੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਿਹੜੇ ਬੇਲੋੜੇ ਪਦਾਰਥ ਮੀਨਜ਼ ਜਿਨ੍ਹਾਂ ਦੀ ਜ਼ਰੂਰਤ ਨਹੀਂ ਹੈ ਜਦੋਂ ਉਹ ਮਿਲ ਜਾਣਗੇ ਤਾਂ ਉਸ ਪਾਣੀ ਦੀ ਜਿਹੜੀ ਕੈਮੀਕਲ ਤੇ ਜਿਹੜੀ ਫਿਜ਼ੀਕਲ ਕੁਆਲਿਟੀ ਹੈ ਰਸਾਇਣਿਕ ਤੇ ਭੌਤਿਕ ਗੁਣਾਤਮਕਤਾ ਕਟ ਹੋ ਜਾਂਦੀ ਹੈ ਤੇ ਇਹਨੂੰ ਪਾਣੀ ਪ੍ਰਦੂਸ਼ਣ ਕਿਹਾ ਜਾਂਦਾ ਹੈ ਹੁਣ WHO ਦੇ ਅਨਸਾਰ ਕੀ ਹੈ ਵੀ ਪਾਣੀ ਪ੍ਰਦੂਸ਼ਣ ਦਾ ਅਰਥ ਹੈ ਪਾਣੀ ਵਿੱਚ ਕੁਦਰਤੀ ਜਾਂ ਕਿਸੇ ਹੋਰ ਸੋਮੇ ਰਾਹੀਂ ਉਹਨਾਂ ਤੱਤਾਂ ਦਾ ਦਾਖਲ ਹੋਣਾ ਜਿਹੜੇ ਪਾਣੀ ਨੂੰ ਗੰਦਾ ਕਰਦੇ ਹਨ ਤੇ ਜੀਵਨ ਦੇ ਲਈ ਇਸ ਨੂੰ ਹਾਨੀਕਾਰਕ ਬਣਾਉਂਦੇ ਨੇ ਇਹਦੇ ਵਿੱਚ ਜੈਲ ਆਪਣ ਵਧਾਉਂਦੇ ਨੇ ਆਕਸੀਜਨ ਦੀ ਘਾਟ ਕਰਦੇ ਨੇ ਇਹਦਾ ਜਿਹੜਾ ਸੁਆਦ ਹੈ ਉਹਨੂੰ ਖਰਾਬ ਕਰਦੇ ਨੇ ਤੇ ਰੋਗ ਫੈਲਾਉਂਦੇ ਨੇ ਇਹਨੂੰ ਕੀ ਕਿਹਾਏ ਪਾਣੀ ਪ੍ਰਦੂਸ਼ਣ WHO ਦੇ ਅਕੋਰਡਿੰਗ ਜਿਸ ਸਿੰਪਲ ਡੈਫੀਨੇਸ਼ਨ ਦਿੱਤੀ ਗਈ ਹੈ ਕੁਦਰਤੀ ਤੇ ਹੋਰ ਸਾਧਨ ਰਾਹੀਂ ਬਾਹਰੀ ਪਦਾਰਥ ਪਾਣੀ ਨੂੰ ਦੂਸ਼ਿਤ ਕਰਦੇ ਹਨ ਜੋ ਕਿ ਜ਼ਹਿਰੀਲੇ ਆਕਸੀਜਨ ਦੀ ਕਮੀ ਸੋਜਵਾਦੀ ਬੁਰੇ ਪ੍ਰਭਾਵ ਤੇ ਰੋਗਾਂ ਦੇ ਫੈਲਣ ਕਰਕੇ ਜੀਵਨ ਲਈ ਹਾਨੀਕਾਰਕ ਹਨ ਨੈਕਸਟ ਜਦੋਂ ਪਾਣੀ ਦੇ ਭੌਤਿਕ ਰਸਾਇਣਿਕ ਤੇ ਜੈਵਿਕ ਗੁਣ ਬਦਲੇ ਜਾਂਦੇ ਹਨ ਜਿਸ ਨਾਲ ਮਨੁੱਖ ਤੇ ਜੀਵ ਮੰਡਲ ਦੇ ਜੀਵੰਤ ਹਾਨੀਕਾਰਕ ਪ੍ਰਭਾਵ ਪੈਂਦਾ ਹੈ ਤੇ ਉਸ ਨੂੰ ਜਲ ਪ੍ਰਦੂਸ਼ਣ ਆਖਦੇ ਹਨ ਅਕੋਰਡਿੰਗ ਟੂ ਪੀ ਵਿਵੀਅਰ ਜਦੋਂ ਪਰਕਿੱਤਕ ਤੇ ਹੋਰ ਕਾਰਨਾ ਕਰਕੇ ਪਾਣੀ ਦੀ ਗੁਣਵੱਤਾ ਬਦਲ ਜਾਂਦੀ ਹੈ ਜਿਸ ਦੇ ਨਾਲ ਭੋਜਨ ਮਨੁੱਖੀ ਜੀਵਨ ਪਸ਼ੂਆਂ ਦੀ ਸਿਹਤ ਖੇਤੀਬਾੜੀ ਮੱਛੀ ਪਾਲਣ ਤੇ ਵੇਲੇ ਸਮੇਂ ਦੇ ਕੰਮ ਧੰਦੇ ਲਈ ਅਯੋਗ ਹੈ ਜਿਸ ਦਾ ਖਤਰਨਾਕ ਪ੍ਰਭਾਵ ਪੈਂਦਾ ਹੈ ਉਸ ਨੂੰ ਜਲ ਪ੍ਰਦੂਸ਼ਣ ਆਖਦੇ ਹਨ water pollution is defined as induced changes in the quality of water which renders it unsuitable or dangerous as regards food human and animal health agriculture fishing and leisure pursuits next definition is according to gilpin manukhi kriyaavan de phalsroop jal de rasainik te jaivik guna vich liandi ki tabdili nu jal pradushan akha janda hai ਨੈਕਸਟ ਅਸੀਂ ਕਰਾਂਗੇ ਸੋਰਸਸ ਆਫ ਵਾਟਰ ਪੋਲੂਸ਼ਨ ਜਲ ਪ੍ਰਦੂਸ਼ਣ ਦੇ ਸਰੋਤ ਕਿਹੜੇ-ਕਿਹੜੇ ਨੇ ਮੀਨਸ ਕਿੱਥੋਂ-ਕਿੱਥੋਂ ਇਹ ਹੁੰਦਾ ਏ ਇਹਦੇ ਦੋ ਕਿਸਮਾਂ ਨੇ ਪਹਿਲਾ ਹੈ ਨੈਚੁਰਲ ਸੋਰਸਸ ਦੂਸਰਾ ਹੈ ਹਿਊਮਨ ਐਕਟੀਵਿਟੀਆਂ ਔਰ ਮੈਨ ਇੰਡਿਊਸਡ ਸੋਰਸਸ ਮਨੁੱਖੀ ਕਿਰਿਆਵਾਂ ਹੁਣ ਜਿਹੜੇ ਨੈਚੁਰਲ ਸੋਰਸਸ ਨੇ ਇਹ ਜਿਵੇਂ ਕਿ ਜਵਾਲਾਮੁਖੀ ਵਿਸਪੋਰਟ ਹੁੰਦਾ ਏ ਭੂਮੀ ਦਾ ਖੁਰਨਾ ਏ ਮੀਨਸ ਸੋਇਲ ਏਰੋਜਨ ਹੁੰਦੀ ਏ ਸਮੁੰਦਰੀ ਲਹਿਰਾ ਆਉਂਦੀਆਂ ਨੇ ਪਦਦੇਤੇ ਜਿਹੜੇ ਪਸ਼ੂ ਪੰਛੀ ਨੇ ਜਦੋਂ ਗਲਦੇ ਸੜਦੇ ਨੇ ਮੀਨ ਡੈਡ ਬੋਡੀਆਂ ਵਗੈਰਾ ਇਹਨਾਂ ਜਿਹੜਾ ਜਲ ਪ੍ਰਦੂਸ਼ਣ ਆਹੋ ਹੁੰਦਾ ਏ ਹੁਣ ਜੋ ਹਿਊਮਨ ਐਕਟੀਵਿਟੀਆਂ ਨੇ ਇਹਦੇ ਵਿੱਚ ਜੋ ਇੰਡਸਟਰੀਅਲ ਡਿਵੈਲਪਮੈਂਟ ਹੋ ਰਹੀ ਹੈ ਅਰਬਨਾਈਜੇਸ਼ਨ ਹੋ ਰਹੀ ਹੈ ਮੀਨ ਸ਼ਹਿਰੀਕਰਨ ਹੋ ਰਿਹਾ ਹੈ ਤੇ ਐਗਰੀਕਲਚਰਲ ਡਿਵੈਲਪਮੈਂਟ ਹੈ ਸਭਿਆਚਾਰਕ ਸਰੋਤ ਨੇ ਜਿਵੇਂ ਕਿ ਮੇਲੇ ਤੇ ਜਿਹੜੇ ਧਾਰਮਿਕ ਤਿਉਹਾਰਾਂ ਤੇ ਇਕੱਠੇ ਹੁੰਦੇ ਨੇ ਲੋਕ ਤਾਂ ਉਹਦੇ ਨਾਲ ਵੀ ਜਿਹੜਾ ਜਲ ਪ੍ਰਦੂਸ਼ਣ ਆਹ ਫੈਲਦਾ ਏ ਕਿਉਂਕਿ ਇੱਥੇ ਬਹੁਤ ਜ਼ਿਆਦਾ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਖਾਣ ਪੀਣ ਦੇ ਲਈ ਦੇਖੋ ਚੀਜ਼ਾਂ ਬਣਦੀਆਂ ਨੇ ਫਿਰ ਜੋ ਬਰਤਨ ਵਗੈਰਾ ਹੁੰਦੇ ਨੇ ਜਾਂ ਕੁਝ ਬਚਿਆ ਖੁਚਾ ਹੁੰਦਾ ਇਹ ਸਾਰੀਆਂ ਚੀਜ਼ਾਂ ਹੀ ਜਿਹੜਾ ਵਾਟਰ ਹੈ ਉਹਨੂੰ ਪੋਲਿਊਟ ਕਰਦੀਆਂ ਨੇ ਹੁਣ ਅਸੀਂ ਗੱਲ ਕਰਾਂਗੇ ਟਾਈਪਸ ਆਫ ਵਾਟਰ ਪੋਲੂਸ਼ਨ ਜਿਹੜਾ ਵਾਟਰ ਪੋਲੂਸ਼ਨ ਹੈ ਉਹਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸਰਫੇਸ ਵਾਟਰ ਪੋਲੂਸ਼ਨ ਭੂਮੀ ਉੱਤੇ ਪਾਣੀ ਪ੍ਰਦੂਸ਼ਣ ਮੀਨਸ ਜਿਹੜਾ ਭੂਮੀ ਦੇ ਉੱਪਰ ਹੈ ਇਹਦੇ ਵਿੱਚ ਇਹਦੇ ਜਿਹੜੇ ਮੁੱਖ ਸੋਰਸ ਹੋ ਰੇਨ ਹੈ ਵਰਖਾ ਹੈ ਆਮ ਤੌਰ ਤੇ ਇਹਦੇ ਵਿੱਚ ਜਿਹੜੀਆਂ ਅਸ਼ੁੱਧੀਆਂ ਨਹੀਂ ਹੁੰਦੀਆਂ ਇਹਦਾ ਜਿਹੜਾ ਆਜਾਤਰ ਪ੍ਰਯੋਗ ਆ ਖੇਤੀਬਾੜੀ ਦੇ ਲਈ ਕੀਤਾ ਜਾਂਦਾ ਹੈ ਤੇ ਜਦੋਂ ਵੀ ਉਦਯੋਗ ਤੇ ਵਾਯੂ ਮੰਡਲ ਦੀਆਂ ਜਿਹੜੀਆਂ ਗੈਸਾਂ ਨੇ ਮੀਨ ਇੰਡਸਟਰੀਜ਼ ਤੇ ਲਗਾ ਲੋ ਜਾਂ ਵਾਯੂ ਮੰਡਲ ਵਿੱਚ ਜਿਹੜੀਆਂ ਗੈਸਾਂ ਨੇ ਉਹ ਇਹਦੇ ਵਿੱਚ ਮਿਲ ਜਾਂਦੀਆਂ ਨੇ ਤਾਂ ਇਹ ਪੋਲਿਊਟ ਹੋ ਜਾਂਦਾ ਹੈ ਮੀਨ ਜਦੋਂ بارش ਹੁੰਦੀ ਹੈ ਤਾਂ ਜਿਹੜਾ ਧਰਤੀ ਦੇ ਉੱਤੇ ਪਾਣੀ ਆਉਂਦਾ ਹੈ بارش ਤੋਂ ਬਾਅਦ ਉਹ ਪੋਲਿਊਟਡ ਵਾਟਰ ਹੀ ਹੁੰਦਾ ਏ ਨੈਕਸਟ ਹੈ ਅੰਡਰਗਰਾਉਂਡ ਵਾਟਰ ਪੋਲੂਸ਼ਨ ਭੂਮੀ ਹੇਠਲਾ ਪਾਣੀ ਪ੍ਰਦੂਸ਼ਣ ਹੁਣ ਜੋ ਖੇਤੀਬਾੜੀ ਕੀਤੀ ਜਾਂਦੀ ਹੈ ਘਰੇਲੂ ਕੰਮਾਂ ਦੇ ਵਿੱਚ ਜੋ ਪਾਣੀ ਵਰਤਿਆ ਜਾਂਦਾ ਹੈ ਤੇ ਪੀਣ ਦੇ ਲਈ ਵੀ ਵਰਤੋਂ ਹੁੰਦੀ ਹੈ ਮੀਨਸ ਖੇਤੀਬਾੜੀ ਘਰੇਲੂ ਕੰਮ ਤੇ ਹੋਰ ਪੀਣ ਦੇ ਲਈ ਬਾਕੀ ਸਾਰੇ ਹੀ ਕੰਮਾਂ ਦੇ ਲਈ ਜਿਹੜਾ ਪਾਣੀ ਉਹਦੀ ਵਰਤੋਂ ਹੁੰਦੀ ਹੈ ਤੇ ਹੁਣ ਜਿਹੜਾ ਸਾਨੂੰ ਇਹ ਪਾਣੀ ਮਿਲਦਾ ਹੈ ਤਾਂ ਇਹਦੇ ਮੁੱਖ ਸਾਧਨ ਜਿਵੇਂ ਪਹਿਲਾਂ ਖੂਵ ਵਗੈਰਾ ਹੁੰਦੇ ਸੀ ਨਲਕੇ ਹੁੰਦੇ ਸੀ ਤੇ ਅੱਜ ਕੱਲ ਟਿਊਬਵੈਲ ਵਗੈਰਾ ਨੇ ਹੁਣ ਜੇ ਮੀਂਹ ਘੱਟ ਹੁੰਦਾ ਹੈ ਤਾਂ ਜਿਹੜਾ ਧਰਤੀ ਦਾ ਇਹ ਪਾਣੀ ਆ ਉਹਦਾ ਲੈਵਲ ਥੋੜਾ ਜਿਹਾ ਹੋਰ ਵੀ ਲੋ ਚਲਾ ਜਾਂਦਾ ਹੈ ਮੀਨਜ਼ ਜਿਹੜਾ ਵਾਟਰ ਆ ਉਹ ਨੀਵਾਂ ਚਲਾ ਜਾਂਦਾ ਹੈ ਤੇ ਅੱਜ ਕੱਲ ਜੇਕਰ ਅਸੀਂ ਟਿਊਬਵੈਲ ਦੀ ਗੱਲ ਕਰੀਏ ਤਾਂ ਬਹੁਤ ਹੀ ਜ਼ਿਆਦਾ ਇਹਨਾਂ ਨੂੰ ਡੂੰਘੇ ਲਗਾ ਕੇ ਤੇ ਜਿਹੜਾ ਪਾਣੀ ਆ ਉਹ ਕੱਢਿਆ ਜਾਂਦਾ ਹੈ ਮੀਨਜ਼ ਇਹ ਸਾਡੇ ਕੋਲ ਹੈਗਾ ਅੰਡਰਗਰਾਊਂਡ ਵਾਟਰ ਪੋਲੂਸ਼ਨ ਹੁਣ ਇਹ ਜਿਹੜਾ ਹੁਣ ਜੋ ਵੀ ਉੱਪਰ ਮਤਲਬ ਕੋਈ ਵੀ ਚੀਜ਼ਾਂ ਜੀ ਹੁਣ ਮੀਂਹ ਦੇ ਪਾਣੀ ਦੇ ਵਿੱਚ ਕੁਝ ਆ ਗਿਆ ਜਾਂ ਜਦੋਂ ਹੜ੍ਹ ਆ ਜਾਂਦੇ ਆ ਤਾਂ ਉਹ ਪਾਣੀ ਦੂਸਰੇ ਜਿਹੜੇ ਪੀਣ ਵਾਲੇ ਪਾਣੀ ਦੇ ਵਿੱਚ ਮਿਕਸ ਹੋ ਜਾਂਦਾ ਤੇ ਉਹ ਹੀ ਪਾਣੀ ਹੌਲੀ-ਹੌਲੀ ਧਰਤੀ ਦੇ ਵਿੱਚ ਵੀ ਸਿੰਮਦਾ ਰਹਿੰਦਾ ਹੈ ਤੇ ਉਹ ਦੇ ਅਕੋਰਡਿੰਗ ਜਿਹੜਾ ਸਾਡਾ ਭੂਮੀ ਹਟਲਾ ਪਾਣੀ ਆ ਉਹ ਪਲਿਊਟ ਹੋ ਜਾਂਦਾ ਹੈ ਨੈਕਸਟ ਆ ਲੇਕਸ ਪੌਂਡਸ ਰਿਵਰਸ ਪੋਲਿਊਸ਼ਨ ਹੁਣ ਜਿਹੜਾ ਝੀਲਾਂ ਤਲਾਬਾਂ ਤੇ ਨਦੀਆਂ ਦਾ ਪਾਣੀ ਹੈ ਉਹਦਾ ਪ੍ਰਦੂਸ਼ਣ ਹੁਣ ਧਰਤੀ ਦੇ ਜਿਹੜਾ ਉੱਪਰਲਾ ਭਾਗ ਹੈ ਉਹਦੇ ਉੱਪਰ ਵੀ ਜਿਹੜਾ ਜਾਲਾ ਹੈ ਉਹ ਬਹੁਤ ਵੱਡੇ ਵੱਡੇ ਉਹਦੇ ਭੰਡਾਰ ਨੇ ਤੇ ਇਹ ਪਾਣੀ ਪੀਣ ਯੋਗ ਹੁੰਦਾ ਹੈ ਤੇ ਜਦੋਂ ਘਰੇਲੂ ਕੰਮਾਂ ਦੇ ਵਿੱਚ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਮੀਨਜ਼ ਉੱਥੇ ਜਾ ਕੇ ਜਿਵੇਂ ਉਹ ਛੀਲਾਂ ਤਲਾਬਾਂ ਜਾਂ ਨਦੀਆਂ ਦੇ ਕਿਨਾਰਿਆਂ ਤੇ ਜਾ ਕੇ ਪਸ਼ੂਆਂ ਨੂੰ ਨਹਾਇਆ ਜਾਏਗਾ ਉੱਥੇ ਕੱਪੜੇ ਧੋਤੇ ਜਾਣਗੇ ਜਾਂ ਨਹਾਇਆ ਜਾਏਗਾ ਤਾਂ ਉਹਦੇ ਨਾਲ ਜਿਹੜਾ ਪਾਣੀ ਹੈ ਉਹ ਪ੍ਰਦੂਸ਼ਿਤ ਹੋਏਗਾ ਨੈਕਸਟ ਹੈ ਸੀ ওয়াਟਰ ਪੋਲੂਸ਼ਨ ਸਮੁੰਦਰੀ ਜਲ ਪੋਲੂਸ਼ਨ ਹੁਣ ਇਹ ਜਿਹੜਾ ਪਾਣੀ ਹੈ ਇਹ ਪੀਣ ਯੋਗ ਨਹੀਂ ਹੁੰਦਾ ਕਿਉਂਕਿ ਇਹ ਪਾਣੀ ਖਾਰਾ ਹੁੰਦਾ ਹੈ ਇਹ ਤੋਂ ਮੋਸਟਲੀ ਜਿਹੜਾ ਨਮਕ ਵਗੈਰਾ ਉਹ ਬਣਦਾ ਹੈ ਹੁਣ ਸਮੁੰਦਰ ਦੇ ਵਿੱਚ ਜਿਹੜੀਆਂ ਕੋਈ ਮੱਛੀਆਂ ਵਗੈਰਾ ਜਾਂ ਹੋਰ ਜਿਹੜੇ ਜੀਵ ਜੰਤੂ ਰਹਿੰਦੇ ਨੇ ਜਦੋਂ ਉਹ ਮਰ ਜਾਂਦੇ ਨੇ ਤਾਂ ਮਰਨ ਦੇ ਨਾਲ ਜਿਹੜਾ ਉਹ ਪਾਣੀ ਹੈ ਸਮੁੰਦਰ ਦਾ ਉਹ ਦੂਸ਼ਿਤ ਹੋਣਾ ਸ਼ੁਰੂ ਹੋ ਜਾਂਦਾ ਹੈ ਹੁਣ ਅਸੀਂ ਗੱਲ ਕਰਾਂਗੇ ਕੌਜ਼ਸ ਆਫ ਵਾਟਰ ਪੋਲੂਸ਼ਨ ਵਾਟਰ ਪੋਲੂਸ਼ਨ ਦੇ ਕਿਹੜੇ-ਕਿਹੜੇ ਕਾਰਨ ਨੇ ਸਭ ਤੋਂ ਪਹਿਲਾਂ ਹੈ ਵਾਟਰ ਪੋਲੂਸ਼ਨ ਫਰੋਮ ਡੇਲੀ ਲਾਈਫ ਐਕਟੀਵਿਟੀਜ਼ ਰੋਜ਼ਾਨਾ ਦੇ ਕੰਮਾਂ ਤੋਂ ਪਾਣੀ ਪ੍ਰਦੂਸ਼ਣ ਹੁਣ ਪਾਣੀ ਇੱਕ ਐਸ ਤਰ੍ਹਾਂ ਦੀ ਵਸਤੂ ਹੈ ਸਾਡੇ ਲਈ ਜਿਦਾ ਕਿ ਅਸੀਂ ਹਰ ਪਲ ਹਰ ਕੰਮ ਦੇ ਵਿੱਚ ਇਹਦੀ ਜਿਹੜੀ ਵਰਤੂਆ ਹੁੰਦੀ ਹੈ ਮੀਨਸ ਕਿ ਪਾਣੀ ਤੋਂ ਬਿਨਾ ਜਿਹੜੀ ਇੱਕ ਹਿਊਮਨ ਬੀਇੰਗ ਆ ਉਹਦੀ ਹੋਂਦ ਬਿਲਕੁਲ ਸੰਭਵ ਨਹੀਂ ਜਿਵੇਂ ਕਿ ਨਹਾਉਣਾ ਹੈ ਕੱਪੜੇ ਧੋਣੇ ਆ ਬਰਤਨ ਸਾਫ ਕਰਨੇ ਆ ਖਾਣਾ ਬਣਾਉਣਾ ਹੈ ਸਾਫ ਸਫਾਈ ਕਰਨੀ ਆ ਤਾਂ ਜਿੰਨਾ ਹੀ ਪਾਣੀ ਵਰਤਿਆ ਜਾਏਗਾ ਹੁਣ ਇਹਨੂੰ ਅਸੀਂ ਜਦੋਂ ਵਰਤਦੇ ਆ ਹੁਣ ਜਿਵੇਂ ਪੋਚਾ ਲਗਾਇਆ ਸਪੋਜ਼ ਕਰੋ ਤਾਂ ਪੋਚੇ ਤੋਂ ਬਾਅਦ ਜਿਹੜਾ ਪਾਣੀ ਖਰਾਬ ਹੋ ਗਿਆ ਉਹਨੂੰ ਅਸੀਂ ਡੋਲ ਦਿੰਨੇ ਆ ਹੁਣ ਉਹੋ ਹੀ ਪਾਣੀ ਅੱਗੋਂ ਅੱਗੋਂ ਧਰਤੀ ਦੇ ਵਿੱਚ ਜਾਂਦਾ ਹੈ ਸੀਵਰੇਜ ਦੇ ਵਿੱਚ ਜਾਂਦਾ ਹੈ ਨਾਲੀਆਂ ਦੇ ਵਿੱਚ ਜਾਂਦਾ ਤਾਂ ਉਹ ਨਾਲ ਕੀ ਹੈ ਜਿਹੜਾ ਪਾਣੀ ਹੈ ਉਹ ਪ੍ਰਦੂਸ਼ਿਤ ਹੁੰਦਾ ਰਹਿੰਦਾ ਹੈ। ਵਾਟਰ ਪੋਲੂਸ਼ਨ ਫਰੋਮ ਇੰਡਸਟਰੀਜ਼ ਉਦਯੋਗਾਂ ਨਾਲ ਪਾਣੀ ਪ੍ਰਦੂਸ਼ਣ। ਹੁਣ ਜਿਹੜੇ ਉਦਯੋਗ ਨੇ ਉੱਥੇ ਵੀ ਵੱਖ-ਵੱਖ ਤਰ੍ਹਾਂ ਦੀ ਜਿਹੜੀ ਗੰਦਗੀ ਫੈਲਦੀ ਹੈ ਉਨੋਂ ਉਥੋਂ ਜਿਵੇਂ ਕਿ ਕਿਸੇ ਵੀ ਉਦਯੋਗ ਜਿੱਥੇ ਕੱਪੜਾ ਬਣ ਰਿਹਾ ਹੈ ਕੋਈ ਕਿਤੇ ਭੋਜਨ ਤਿਆਰ ਹੋ ਰਿਹਾ ਹੈ ਕੋਈ ਪੇਂਟ ਵਾਲੇ ਜਿਹੜੇ ਕਲਰ ਨੇ ਉਹ ਤਿਆਰ ਹੋ ਰਹੇ ਨੇ ਰੇਸ਼ੇ ਤਿਆਰ ਹੋ ਰਹੇ ਨੇ ਮੈਡੀਸਿਨਸ ਬਣ ਰਹੀਆਂ ਨੇ ਤਾਂ ਇਹ ਸਾਰੇ ਹੀ ਉਦਯੋਗਾਂ ਤੋਂ ਨਿਕਲਣ ਵਾਲੇ ਜਿਹੜੇ ਬੇਲੋੜੇ ਪਦਾਰਥ ਨੇ ਮੀਨਜ਼ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਨਹੀਂ ਹੈ ਉਹ ਡਾਇਰੈਕਟਲੀ ਔਰ ਇਨਡਾਇਰੈਕਟਲੀ ਜਿਹੜੇ ਸਾਡੇ ਪਾਣੀ ਦੇ ਸੋਰਸਸ ਨੇ ਜਿਵੇਂ ਕਿ ਨਦੀਆਂ ਝੀਲਾਂ ਤਲਾਬ ਇਹਨਾਂ ਦੇ ਵਿੱਚ ਮਿਲ ਜਾਂਦੇ ਨੇ ਤੇ ਜਿਹੜਾ ਪਾਣੀ ਆ ਉਹਨੂੰ ਪੋਲਿਊਟ ਕਰਦੇ ਨੇ ਨੈਕਸਟ ਹੈ ਵਾਟਰ ਪੋਲਿਊਸ਼ਨ ਫਰੋਮ ਐਗਰੀਕਲਚਰ ਖੇਤੀ ਤੋਂ ਹੋਣ ਵਾਲਾ ਪ੍ਰਦੂਸ਼ਣ ਹੁਣ ਖੇਤੀਬਾੜੀ ਦੇ ਵਿੱਚ ਵੀ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕੈਮੀਕल्स ਨੇ ਮੀਨਜ਼ ਫਰਟੀਲਾਈਜ਼ਰਸ ਨੇ ਇਹ ਚੀਜ਼ਾਂ ਨੂੰ ਯੂਜ਼ ਕੀਤਾ ਜਾ ਰਿਹਾ ਹੈ ਤੇ ਇਹ ਕੁਝ ਟਾਈਮ ਦੇ ਲਈ ਤਾਂ ਆਪਣੀ ਜਿਹੜੀ ਧਰਤੀ ਹੈ ਉਹਨੂੰ ਇਹ ਵਧੀਆ ਬਣਾ ਦਿੰਦੀ ਹੈ ਮੀਨ ਸਾਨੂੰ ਜਿਹੜੀ ਪ੍ਰੋਡਕਸ਼ਨ ਹੈ ਉਹ ਵਧੀਆ ਹੋ ਜਾਂਦੀ ਹੈ ਬਟ ਇਹਦਾ ਜਿਹੜਾ ਨੁਕਸਾਨ ਹੈ ਉਹ ਪਾਣੀ ਪੋਲਿਊਸ਼ਨ ਦੇ ਰੂਪ ਦੇ ਵਿੱਚ ਸਾਡੇ ਕੋਲ ਸਾਹਮਣੇ ਆਉਂਦਾ ਹੈ ਨੈਕਸਟ ਹੈ ਕਰੂਡ ਆਇਲ ਖਣਿਜ ਤੇਲ ਮਿਨਰਲਸ ਵੀ ਕਹਿ ਸਕਦੇ ਇਹਨੂੰ ਅਸੀਂ ਹੁਣ ਜਿਹੜੇ ਖਣਿਜ ਤੇਲ ਨੇ ਇਹ ਵੀ ਪਾਣੀ ਦੇ ਪ੍ਰਦੂਸ਼ਣ ਦਾ ਇੱਕ ਮੁੱਖ ਕਾਰਕ ਨੇ ਜਦੋਂ ਤੇਲ ਨੂੰ ਸਮੁੰਦਰੀ ਰਸਤਿਆਂ ਦੇ ਦੁਆਰਾ ਇੱਕ ਥਾਂ ਤੋਂ ਦੂਸਰੀ ਥਾਂ ਦੇ ਉੱਪਰ ਲਿਜਾਇਆ ਜਾਂਦਾ ਹੈ ਤਾਂ ਕਈ ਵਾਰ ਜਿਹੜੇ ਇਹ ਮਿਨਰਲਸ ਹੁੰਦੇ ਨੇ ਖਣਿਜ ਤੇਲ ਹੁੰਦੇ ਨੇ ਇਹਨਾਂ ਦਾ ਰਿਸਾਬ ਹੁੰਦਾ ਰਹਿੰਦਾ ਹੈ ਜਾਂ ਕਈ ਵਾਰ ਜਿਹੜੇ ਜਹਾਜ਼ਾਂ ਦੇ ਨਾਲ ਜਾਂ ਜਿਹੜੇ ਹੋਰ ਸਾਧਨਾਂ ਦੇ ਨਾਲ ਇਹਨਾਂ ਨੂੰ ਲਿਜਾਇਆ ਜਾ ਰਿਹਾ ਹੁੰਦਾ ਉਹ ਕੋਈ ਮਿਸਹੈਪਨਿੰਗ ਹੋ ਜਾਂਦੀ ਹੈ ਤਾਂ ਵੀ ਜਿਹੜਾ ਸਾਰਾ ਤੇਲ ਉਹ ਪਾਣੀ ਦੇ ਵਿੱਚ ਮਿਕਸ ਹੋ ਜਾਂਦਾ ਹੈ ਤੇ ਜਿਹੜਾ ਸਾਡਾ ਪਾਣੀ ਹੈ ਉਹ ਪਲੂਟ ਹੋ ਜਾਂਦਾ ਹੈ ਨੈਕਸਟ ਹੈ ਡਿਟਰਜੈਂਟ ਹੁਣ ਕੱਪੜੇ ਵਗੈਰਾ ਧੋਣ ਦੇ ਲਈ ਹੁਣ ਭਾਵੇਂ ਅਸੀਂ ਵਾਸ਼ਿੰਗ ਮਸ਼ੀਨ ਯੂਜ਼ ਕਰ ਰਹੇ ਹਾਂ ਭਾਵੇਂ ਹੱਥ ਨਾਲ ਧੋ ਰਹੇ ਹਾਂ ਤਾਂ ਜੋ ਵੀ ਅਸੀਂ ਡਿਟਰਜੈਂਟ ਵਗੈਰਾ ਯੂਜ਼ ਕਰ ਰਹੇ ਹਾਂ ਉਹ ਵੀ ਅਗੋਂ ਸਾਰਾ ਜਿਹੜਾ ਪਾਣੀ ਹੈ ਜਿਦਾਂ ਕਿ ਸੀਵਰੇਜ ਦੇ ਵਿੱਚ ਜਾ ਰਿਹਾ ਹੈ ਜਾਂ ਗੰਦੀਆਂ ਨਾਲੀਆਂ ਦੇ ਵਿੱਚ ਜਾ ਰਿਹਾ ਹੈ ਤਾਂ ਉਹ ਵੀ ਸਾਡਾ ਜਿਹੜਾ ਪਾਣੀ ਹੈ ਉਹਨੂੰ ਪੋਲਿਊਟ ਕਰਦਾ ਹੈ ਕਿਉਂਕਿ ਅੱਗੇ ਜਾ ਕੇ ਇਹ ਨਹੀਂ ਪਤਾ ਉਹ ਪਾਣੀ ਕਿੱਥੇ ਜਾ ਕੇ ਰੁਕਦਾ ਏ ਨੈਕਸਟ ਹੈ ਇਨਸੈਕਟੀਸਾਈਡਸ ਕੈਮੀਕਲ ਕੀਟਨਾਸ਼ਕ ਰਸਾਇਣ ਹੁਣ ਇਹ ਕੀਟਨਾਸ਼ਕ ਰਸਾਇਣ ਉਹ ਹਨ ਜਿਹੜੇ ਕਿ ਅਸੀਂ ਕੈਮੀਕਲਸ ਦੀ ਇਹਨਾਂ ਦੀ ਜਿਨ੍ਹਾਂ ਦੀ ਵਰਤੋਂ ਕਰ ਰਹੇ ਹਾਂ ਮੀਨਜ਼ ਕੀਟਨਾਸ਼ਕ ਦਵਾਈਆਂ ਵਗੈਰਾ ਉਹ ਵੀ ਸਾਡੇ ਪਾਣੀ ਦੇ ਵਿੱਚ ਹੌਲੀ-ਹੌਲੀ ਅੱਗੋਂ ਕੁਲ ਦੇ ਰਹਿਣ ਨੇ ਤੇ ਜਿਹੜਾ ਪਾਣੀ ਆ ਉਹ ਪলিউਟ ਹੁੰਦਾ ਰਹਿੰਦਾ ਏ ਨੈਕਸਟ ਹੈ ਥਰਮਲ ਅਫਲੂਐਂਟ ਥਰਮਲ ਅਫਲੂਐਂਟ ਮੀਨਸ ਜਿਹੜੀ ਤਾਪੀ ਗੰਦਗੀ ਹੁੰਦੀ ਹੈ ਹੁਣ ਜਿੱਥੇ ਮੀਨਸ ਬਿਜਲੀ ਬਣਦੀ ਹੈ ਉਥੇ ਜਿਹੜੀ ਤਾਪੀ ਗੰਦਗੀ ਉਹ ਪੈਦਾ ਹੁੰਦੀ ਹੈ ਕਿਉਂਕਿ ਜਦੋਂ ਬਿਜਲੀ ਬਣਾਈ ਜਾਂਦੀ ਹੈ ਤਾਂ ਬਹੁਤ ਸਾਰੇ ਜਿਹੜੇ ਬੇਲੋੜੇ ਪਦਾਰਥ ਨੂੰ ਬਾਹਰ ਨਿਕਲਦੇ ਨੇ ਤੇ ਇਹ ਕਾਫੀ ਗਰਮ ਹੁੰਦੇ ਨੇ ਤੇ ਇਹਦੇ ਵਿੱਚ ਆਕਸੀਜਨ ਦੀ ਮਾਤਰਾ ਘੱਟ ਹੁੰਦੀ ਹੈ ਤੇ ਇਹ ਪਾਣੀ ਦੇ ਵਿੱਚ ਜਦੋਂ ਮਿਲ ਜਾਂਦੇ ਨੇ ਤਾਂ ਪਾਣੀ ਦਾ ਜਿਹੜਾ ਪ੍ਰਦੂਸ਼ਣ ਆ ਉਹ ਹੋਣ ਲੱਗਦਾ ਏ ਨੈਕਸਟ ਹੈ ਡੋਮੈਸਟਿਕ ਅਫਲੂਐਂਸ ਐਂਡ ਸੀਵੇਜ ਘਰੇਲੂ ਗੰਦਗੀ ਅਤੇ ਸੀਵਰੇਜ ਹੁਣ ਰੋਜ਼ਾਨਾ ਦੇ ਕੰਮਾਂ ਦੇ ਵਿੱਚ ਜਦੋਂ ਪਾਣੀ ਹੈ ਉਹਦੀ ਵਰਤੋਂ ਹੋਣ ਤੋਂ ਬਾਅਦ ਜਿਵੇਂ ਕਿ ਅ ਵਰਦਨ ਸਾਫ਼ ਕੀਤੇ ਨੇ ਅਸੀਂ ਨਹਾ ਕੇ ਹਟਿਆ ਕੱਪੜੇ ਧੋਤੇ ਆ ਤਾਂ ਇਹ ਪਾਣੀ ਸਿੱਧਾ ਸੀਵਰੇਜ ਦੇ ਵਿੱਚ ਜਾਂਦਾ ਹੈ ਜਿਹੜੇ ਕਿ ਨਾਲੀਆਂ ਤੇ ਪਾਈਪਾਂ ਦੇ ਰਾਹੀਂ ਜਿਹੜਾ ਇਹ ਪਾਣੀ ਹੈ ਸਾਡੀਆਂ ਝੀਲਾਂ ਤਲਾਬ ਤੇ ਨਦੀਆਂ ਦੇ ਵਿੱਚ ਚੱਲਿਆ ਜਾਂਦਾ ਹੈ ਤੇ ਨਾਲ ਨਾਲ ਜਿਹੜਾ ਘਰ ਦੇ ਵਿੱਚ ਕੋਈ ਵੀ ਫੋਕਟ ਹੁੰਦਾ ਹੈ ਕੂੜਾ ਕਰਕਟ ਵਗੈਰਾ ਉਹਦੇ ਨਾਲ ਵੀ ਜਿਹੜਾ ਪਾਣੀ ਪ੍ਰਦੂਸ਼ਣ ਆਹੋ ਫੈਲਦਾ ਰਹਿੰਦਾ ਹੈ ਕਿਉਂਕਿ ਜੋ ਸੀ ਕੂੜਾ ਕਰਕਟ ਬਾਹਰ ਸੁੱਟਦੇ ਆ ਉਹ ਵੀ ਜਿਵੇਂ ਕੋਈ ਨੇਹਰੀ ਵਗੈਰਾ ਆਉਂਦੀ ਹੈ ਤੇਜ਼ ਹਵਾ ਚੱਲਦੀ ਹੈ ਤਾਂ ਉਹ ਸਾਰਾ ਕੁਝ ਜਿਹੜਾ ਪਾਣੀ ਦੇ ਵਿੱਚ ਜਾ ਕੇ ਮਿਕਸ ਹੋ ਜਾਂਦਾ ਉੱਡ-ਉੱਡ ਕੇ ਨੈਕਸਟ ਹੈ ਪੋਲੂਸ਼ਨ ਫਰੋਮ ਰੇਡੀਓਐਕਟਿਵ ਅਫਲੂਐਂਟ ਰੇਡੀਓਐਕਟਿਵ ਫੋਕਟ ਪਦਾਰਥਾਂ ਰਾਹੀਂ ਪ੍ਰਦੂਸ਼ਣ ਹੁਣ ਵਾਖੂਕ ਪ੍ਰਕਾਰ ਦੀ ਜਿਹੜੀ ਪਰਮਾਣੂ ਸ਼ਕਤੀ ਹੁੰਦੀ ਹੈ ਮੀਨਸ ਐਟਮ ਬੰਬ ਵਗੈਰਾ ਜਦੋਂ ਇਹਨਾਂ ਨੂੰ ਪ੍ਰੈਕਟਿਸ ਕੀਤੀ ਜਾਂਦੀ ਹੈ ਇਹਨਾਂ ਦੀ ਦੇਖਿਆ ਇਹਨਾਂ ਨੇ ਕਿ ਇਹ ਕਿੰਨੀ ਕੁ ਦੂਰ ਤੱਕ ਮਾਰ ਕਰਦੇ ਆ ਤਾਂ ਜਦੋਂ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ ਤਾਂ ਬਹੁਤ ਸਾਰੇ ਜਿਹੜੇ ਯੂਰੇਨੀਅਮ ਤੇ ਰੇਡੀਅਮ ਵਰਗੇ ਰੇਡੀਓਐਕਟਿਵ ਜਿਹੜੇ ਪਦਾਰਥ ਨੇ ਉਹ ਇਹਨਾਂ ਤੋਂ ਨਿਕਲਦੇ ਨੇ ਤੇ ਇਹ ਜਿਹੜੇ ਮੈਟਰਸ ਨੇ ਉਹ ਵਰਖਾ ਦੀਆਂ ਬੂੰਦਾਂ ਦੇ ਨਾਲ ਮਿਲ ਕੇ ਮੀਂਹ ਜਦੋਂ ਬਾਰਿਸ਼ ਹੁੰਦੀ ਹੈ ਤਾਂ ਉਹ ਨਾਲ ਮਿਲ ਕੇ ਵਰਲਡ ਦੇ ਵੱਖ-ਵੱਖ ਜਿਹੜੇ ਏਰੀਆਜ਼ ਨੇ ਉਹਦੇ ਵਿੱਚ ਫੈਲ ਜਾਂਦੇ ਨੇ ਤੇ ਜਿਹੜੇ ਵਾਟਰ ਦੇ ਸੋਰਸਸ ਨੇ ਉਹਨਾਂ ਨੂੰ ਇਹ ਪ੍ਰਦੂਸ਼ਿਤ ਕਰ ਦਿੰਦੇ ਨੇ ਨੈਕਸਟ ਹੈ ਨੈਚੁਰਲ ਸੋਰਸਸ ਕੁਦਰਤੀ ਸੋਮੇ ਹੁਣ ਕਈ ਵਾਰ ਦੇਖੋ ਜਿਵੇਂ ਕਿ ਕੋਈ ਹਨੇਰੀ ਆਉਂਦੀ ਹੈ ਤੂਫਾਨ ਹੈ ਤਾਂ ਇਹਦੇ ਨਾਲ ਜੋ ਨਦੀਆਂ ਝੀਲਾਂ ਤੇ ਤਲਾਬਾਂ ਦੇ ਵਿੱਚ ਬੇਲੋੜੇ ਪਦਾਰਥ ਵੀ ਇਕੱਠੇ ਹੁੰਦੇ ਰਹਿੰਦੇ ਨੇ ਜਦੋਂ ਹਨੇਰੀ ਆਉਂਦੀ ਹੈ ਜਾਂ ਤੂਫਾਨ ਆਉਂਦੇ ਨੇ ਜਾਂ ਕਈ ਵਾਰ ਕੁਦਰਤੀ ਜਿਹੜਾ ਭੂਮੀ ਖੋਰ ਹੁੰਦਾ ਹੈ ਉਹਦੇ ਕਰਕੇ ਮੀਨ ਜੋ ਕੁਝ ਨੇਚਰਲ ਸਰਸਸ ਨੇ ਜੋ ਕਿ ਪਾਣੀ ਨੂੰ ਪ੍ਰਦੂਸ਼ਿਤ ਕਰਨ ਦੇ ਵਿੱਚ ਵੀ ਆਪਣਾ ਰੋਲ ਪਲੇ ਕਰਦੇ ਨੇ ਨੈਕਸਟ ਹੈ ਐਨੀਮਲ ਵੇਸਟ ਇਸ ਜੀਵ ਜੰਤੂਆਂ ਦੀ ਗੰਦਗੀ ਹੁਣ ਜਿਹੜੇ ਜੀਵ ਜੰਤੂ ਨੇ ਉਹ ਵੀ ਪਾਣੀ ਦੇ ਵਿੱਚ ਪ੍ਰਦੂਸ਼ਣ ਫਲਾਉਂਦੇ ਨੇ ਜਿਵੇਂ ਕਿ ਜਿਹੜੇ ਜੀਵ ਜੰਤੂ ਹੁੰਦੇ ਨੇ ਉਹਨਾਂ ਦੀ ਜਿਹੜੀ ਵੇਸਟੇਜ ਹੁੰਦੀ ਆ ਉਹਨੂੰ ਵੀ ਪਾਣੀ ਦੇ ਵਿੱਚ ਰੋੜ ਦਿੱਤਾ ਜਾਂਦਾ ਏ ਜਿਸ ਨਾਲ ਜਿਹੜਾ ਪਾਣੀ ਆ ਪ੍ਰਦੂਸ਼ਿਤ ਹੋ ਜਾਂਦਾ ਏ ਨੈਕਸਟ ਹੈ ਪੋਲੂਸ਼ਨ ਬਾਏ ਡੈਡ ਬੋਡੀਜ਼ ਲਾਸ਼ਾਂ ਰਾਹੀਂ ਹੋਣ ਵਾਲਾ ਪ੍ਰਦੂਸ਼ਣ ਹੁਣ ਨਦੀਆਂ ਦੇ ਕਿਨਾਰੇ ਜਿਹੜੇ ਕੋਈ ਪਿੰਡ ਜਾਂ ਸ਼ਹਿਰ ਵਸੇ ਹੋਏ ਨੇ ਉੱਥੇ ਕੋਈ ਵੀ ਮਨੁੱਖ ਨੇ ਜਾਂ ਜਿਹੜੀਆਂ ਪਸ਼ੂਆਂ ਦੇ ਡੈਡ ਬੋਡੀਜ਼ ਹੁੰਦੀਆਂ ਨੇ ਕਈ ਵਾਰ ਉਹਨਾਂ ਨੂੰ ਪਾਣੀ ਦੇ ਵਿੱਚ ਹੀ ਸੁੱਟ ਦਿੱਤਾ ਜਾਂਦਾ ਹੈ ਜਾਂ ਕੋਈ ਅੱਧ ਸੜੀ ਜਿਹੜੀ লাশ ਹੁੰਦੀ ਹੈ ਉਹਨੂੰ ਪਾਣੀ ਦੇ ਵਿੱਚ ਵਹਾ ਦਿੱਤਾ ਜਾਂਦਾ ਹੈ ਜਿਸ ਨਾਲ ਜਿਹੜਾ ਪਾਣੀ ਹੈ ਉਹ ਪੋਲਿਊਟ ਹੁੰਦਾ ਹੈ ਨੈਕਸਟ ਹੁਣ ਅਸੀਂ ਗੱਲ ਕਰਾਂਗੇ ਬੈਡ ਇਫੈਕਟਸ ਆਫ ਵਾਟਰ ਪੋਲੂਸ਼ਨ ਵਾਟਰ ਪੋਲੂਸ਼ਨ ਦੇ ਕਿਹੜੇ ਕਿਹੜੇ ਬੈਡ ਇਫੈਕਟਸ ਨੇ ਮੀਨ ਜਿਹੜੇ ਕਿਹੜੇ ਇਸ ਤਰ੍ਹਾਂ ਦੇ ਪ੍ਰਭਾਵ ਨੇ ਜਾਂ ਕਿਹਦੇ ਉੱਪਰ ਇਹ ਆਪਣਾ ਪ੍ਰਭਾਵ ਪਾਉਂਦੇ ਨੇ ਫਰਸਟ ਇਫੈਕਟਸ ਔਨ ਐਨੀਮਲਸ ਜਾਨਵਰਾਂ ਦੇ ਉੱਪਰ ਪ੍ਰਭਾਵ ਕਿਉਂਕਿ ਜੇਕਰ ਅਸੀਂ ਵੈਸੇ ਇੱਕ ਨਾਰਮਲ ਗੱਲ ਕਰਕੇ ਦੇਖੀ ਵੀ ਜਿਹੜਾ ਪਾਣੀ ਹੈ ਉਹਨੂੰ ਅਸੀਂ ਪਾਵੇਂ ਹਿਊਮਨ ਬੀਿੰਗ ਨੇ ਪਾਵੇਂ ਐਨੀਮਲਸ ਨੇ ਸਾਰੇ ਹੀ ਯੂਜ਼ ਕਰਦੇ ਨੇ ਤਾਂ ਜਦੋਂ ਜਿਹੜਾ ਦੂਸ਼ਿਤ ਪਾਣੀ ਪੀਤਾ ਜਾਏਗਾ ਤਾਂ ਜਿਹੜੇ ਐਨੀਮਲਸ ਨੇ ਉਹਨਾਂ ਨੂੰ ਅਲੱਗ-ਅਲੱਗ ਬਿਮਾਰੀਆਂ ਵੀ ਲੱਗ ਸਕਦੀਆਂ ਨੇ ਤੇ ਡੈਥ ਵੀ ਹੋ ਸਕਦੀ ਹੈ ਤੇ ਇਸ ਤਰ੍ਹਾਂ ਹੋਣ ਦੇ ਨਾਲ ਜਿਹੜੇ ਕੁਝ ਪ੍ਰਜਾਤੀਆਂ ਇਸ ਤਰ੍ਹਾਂ ਦੀਆਂ ਐਨੀਮਲਸ ਦੀਆਂ ਜਿਹੜੀਆਂ ਕਿ ਹੁਣ ਬਿਲਕੁਲ ਹੀ ਖਤਮ ਹੁੰਦੀਆਂ ਜਾ ਰਹੀਆਂ ਨੇ ਨੈਕਸਟ ਆ ਇਫੈਕਟਸ ਔਨ ਹਿਊਮਨ ਮਨੁੱਖ ਦੇ ਉੱਪਰ ਵੀ ਪ੍ਰਭਾਵ ਹੈ ਹੁਣ ਜਦੋਂ ਜਿਹੜਾ ਦੂਸ਼ਿਤ ਪਾਣੀ ਹੈ ਮੀਨਜ਼ ਪੋਲਿਊਟਡ ਵਾਟਰ ਪੀਤਾ ਜਾਏਗਾ ਤਾਂ ਇਹਦੇ ਨਾਲ ਪੇਚਿਸ ਪੀਲੀਆ ਵਗੈਰਾ ਕੋਈ ਪੇਟ ਦੇ ਰੋਗ ਹੁੰਦੇ ਨੇ ਜੁਕਾਮ ਜਾਂ ਸਾਹ ਨਾਲ ਸੰਬੰਧਿਤ ਜਿਹੜੇ ਰੋਗ ਨੇ ਉਹ ਲੱਗਣੇ ਸ਼ੁਰੂ ਹੋ ਜਾਂਦੇ ਨੇ ਤੇ ਇਹਦੇ ਨਾਲ ਸਾਡਾ ਜਿਹੜਾ ਕੋਈ ਡਾਈਜੈਸਟਿਵ ਸਿਸਟਮ ਹੈ ਉਹ ਵੀ ਕਈ ਵਾਰ ਇਫੈਕਟ ਹੋ ਜਾਂਦਾ ਹੈ ਸਾਡੇ ਲੰਗਸ ਦੇ ਉੱਪਰ ਵੀ ਇਫੈਕਟ ਇਹ ਕਰਦਾ ਹੈ ਜਦੋਂ ਅਸੀਂ ਜਿਹੜਾ ਪੋਲਿਊਟਡ ਵਾਟਰ ਆਹੋ ਪੀਵਾਂਗੇ ਨੈਕਸਟ ਹੈ ਇਫੈਕਟਸ ਔਨ ਪਲਾਂਟਸ ਐਂਡ ਐਗਰੀਕਲਚਰ ਹੁਣੇ ਵੰਸਪਤੀ ਦੇ ਖੇਤੀ ਦੇ ਉੱਪਰ ਵੀ ਪ੍ਰਭਾਵ ਪਾਉਂਦਾ ਹੈ ਕਿਉਂਕਿ ਜੇ ਅਸੀਂ ਪਲੂਟਡ ਵਾਟਰ ਨੂੰ ਪਲਾਂਟਸ ਦੇ ਲਈ ਯੂਜ਼ ਕਰ ਰਹੇ ਹਾਂ ਜਾਂ ਐਗਰੀਕਲਚਰ ਦੇ ਵਿੱਚ ਯੂਜ਼ ਕਰ ਰਹੇ ਹਾਂ ਤਾਂ ਇਹ ਜਿਹੜੇ ਪਲਾਂਟਸ ਨੇ ਤੇ ਜਿਹੜੀਆਂ ਸਾਡੀਆਂ ਫਸਲਾਂ ਨੇ ਉਹ ਗਰੋ ਨਹੀਂ ਕਰਨਗੀਆਂ ਇਹ ਵੀ ਹੋ ਸਕਦਾ ਹੈ ਕਿ ਉਹ ਖਤਮ ਹੋ ਜਾਣ ਫਸਲਾਂ ਨੈਕਸਟ ਆ ਇਫੈਕਟਸ ਔਨ ਇਕੋਸਿਸਟਮ ਪਰ ਸਥਿਤੀ ਪ੍ਰਣਾਲੀ ਉੱਪਰ ਪ੍ਰਭਾਵ ਹੁਣ ਦੂਸ਼ਿਤ ਪਾਣੀ ਪੀਣ ਨਾਲ ਜਿਹੜੇ ਜੀਵ ਜੰਤੂ ਨੇ ਉਹਨਾਂ ਦੀ ਸਮੇਂ ਤੋਂ ਪਹਿਲਾਂ ਹੀ ਜਿਹੜੀ ਡੈਥ ਆ ਉਹ ਹੋ ਜਾਂਦੀ ਹੈ ਤੇ ਜਿਹੜੇ ਵੱਖ-ਵੱਖ ਜੀਵ ਨੇ ਜਿਹੜੇ ਕਿ ਇੱਕ ਭੋਜਨ ਲੜੀ ਬਣੀ ਹੁੰਦੀ ਹੈ ਇੱਕ ਸਰਕਲ ਬਣਿਆ ਹੁੰਦਾ ਹੈ ਜਿਵੇਂ ਕਿ ਇੱਕ ਜਾਨਵਰ ਦਾ ਭੋਜਨ ਦੂਸਰਾ ਜਾਨਵਰ ਹੁੰਦਾ ਹੈ ਤੇ ਦੂਸਰੇ ਦਾ ਤੀਸਰਾ ਹੁੰਦਾ ਹੈ ਹੁਣ ਇਸ ਤਰੀਕੇ ਨਾਲ ਜਿਹੜੀ ਇਹ ਲੜੀ ਹੁੰਦੀ ਹੈ ਇੱਕ ਸਰਕਲ ਹੁੰਦਾ ਹੈ ਉਹ ਟੁੱਟਣਾ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਇਸ ਤਰ੍ਹਾਂ ਦਾ ਇਹ ਵਖਰੇਵਾ ਪੈਦਾ ਹੁੰਦਾ ਹੈ ਮਿੰਜਾ ਇਸ ਤਰ੍ਹਾਂ ਦਾ ਸੰਕਟ ਪੈਦਾ ਹੁੰਦਾ ਹੈ ਤਾਂ ਉਹਦੇ ਨਾਲ ਜਿਹੜੀ ਇੱਕ ਦੂਸਰੇ ਦੇ ਉੱਪਰ ਨਿਰਭਰ ਹੁੰਦੇ ਨੇ ਜਾਨਵਰ ਉਹਨਾਂ ਦੀ ਵੀ ਜਿਹੜੀ ਜ਼ਿੰਦਗੀ ਉਹ ਖਤਰੇ ਦੇ ਵਿੱਚ ਪੈ ਜਾਂਦੀ ਹੈ ਨੈਕਸਟ ਹੈ ਬਾਡ ਇਫੈਕਟਸ ਆਨ ਮਟੀਰੀਅਲਜ਼ ਐਂਡ ਮੈਟਲਸ ਹੁਣ ਜਿਹੜੀਆਂ ਵਸਤੂਆਂ ਨੇ ਤੇ ਧਾਤੂਆਂ ਨੇ ਉਹਨਾਂ ਦੇ ਉੱਪਰ ਵੀ ਜਿਹੜਾ ਬੁਰਾ ਪ੍ਰਭਾਵ ਪੈਂਦਾ ਏ ਹੁਣ ਜੋ ਦੂਸ਼ਿਤ ਪਾਣੀ ਆ ਉਹਦਾ ਪ੍ਰਭਾਵ ਸਿਰਫ ਕੱਲੇ ਮਨੁੱਖ ਜੀਵ ਜੰਤੂ ਤੇ ਵਨਸਪਤੀ ਤੱਕ ਹੀ ਲਿਮਟਿਡ ਨਹੀਂ ਹੁੰਦਾ ਸਗੋਂ ਅਸੀਂ ਵੱਖ-ਵੱਖ ਜਿਹੜੇ ਧਾਤੂਆਂ ਦੀਆਂ ਵਸਤੂਆਂ ਬਣੀ ਹੋਈਆਂ ਨੇ ਉਹਨਾਂ ਦੇ ਉੱਪਰ ਵੀ ਹੁੰਦਾ ਏ ਕਿਉਂਕਿ ਜਿਹੜੀਆਂ ਇਹ ਮਟੀਰੀਅਲਸ ਤੇ ਹੁੰਦੇ ਨੇ ਜਿਹੜੇ ਸਾਡੇ ਮੈਟਲਸ ਹੁੰਦੇ ਨੇ ਇਹ ਵੀ ਟਾਈਮ ਦੇ ਨਾਲ ਖੁਰਨੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਜਿਹੜੀ ਐਸਿਡ ਰੇਨ ਹੈ ਜਦੋਂ ਉਹ ਇਹਨਾਂ ਦੇ ਉੱਪਰ ਪਏਗੀ ਤਾਂ ਹੌਲੀ-ਹੌਲੀ ਇਹਨਾਂ ਦਾ ਜਿਹੜਾ ਰੰਗ ਹੈ ਉਹ ਖਰਾਬ ਹੋਣਾ ਸ਼ ਨੈਕਸਟ ਹੈ ਬੈਡ ਇਫੈਕਟਸ ਔਨ ਕੰਟਰੀਜ਼ ਇਕਨੋਮੀ ਦੇਸ਼ ਦੀ ਅਰਥਵਿਵਸਥਾ ਦੇ ਉੱਪਰ ਵੀ ਜਿਹੜਾ ਬੁਰਾ ਅਸਰ ਆ ਉਹ ਪੈਂਦਾ ਹੈ ਤੇ ਇਹਦੇ ਲਈ ਜਿਹੜਾ ਪਾਣੀ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਸਰਕਾਰ ਦੇ ਦੁਆਰਾ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਾਇੰਟਿਫਿਕ ਇਕਵਿਪਮੈਂਟਸ ਨੇ ਉਹਨਾਂ ਦੇ ਉੱਪਰ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਜਿਸ ਨਾਲ ਜਿਹੜਾ ਕੋਈ ਵੀ ਦੇਸ਼ ਆ ਉਹਦੀ ਜਿਹੜੀ ਇਕਨੋਮੀ ਆ ਉਹ ਬਹੁਤ ਮਤਲਬ ਇਫੈਕਟ ਹੁੰਦੀ ਹੈ ਪ੍ਰਭਾਵਿਤ ਹੁੰਦੀ ਹੈ ਹੁਣ ਵਾਟਰ ਪੋਲਿਊਸ਼ਨ ਦੇ ਕਾਰਨ ਜਿਹੜੇ ਖੇਤੀ ਦੇ ਵਿੱਚ ਅਸੀਂ ਜਿੰਨੀ ਵੀ ਪ੍ਰੋਡਕਸ਼ਨ ਕਰਦੇ ਆ ਉਹਦੇ ਵਿੱਚ ਵੀ ਕਮੀ ਆ ਜਾਂਦੀ ਹੈ ਤੇ ਜਿਹਦਾ ਫਿਰ ਜਿਹੜਾ ਡਾਇਰੈਕਟਲੀ ਇਫੈਕਟ ਆ ਉਹ ਦੇਸ਼ ਦੀ ਇਕਨੋਮੀ ਦੇ ਉੱਪਰ ਹੀ ਪਏਗਾ ਨੈਕਸਟ ਸਟੈਪਸ ਟੂ ਕੰਟਰੋਲ ਵਾਟਰ ਪੋਲਿਊਸ਼ਨ ਵਾਟਰ ਪੋਲਿਊਸ਼ਨ ਨੂੰ ਕੰਟਰੋਲ ਕਿਵੇਂ ਕੀਤਾ ਜਾ ਸਕਦਾ ਹੈ ਸਭ ਤੋਂ ਪਹਿਲਾਂ ਅਵੇਅਰਨੈਸ ਜਾਗਰੂਕਤਾ ਬਹੁਤ ਜ਼ਰੂਰੀ ਹੈ ਤਾਂ ਦੇ ਉਸੇ ਟਾਈਮ ਟੂ ਟਾਈਮ ਜਿਹੜੇ ਲੋਕਾਂ ਨੂੰ ਜਾਗਰੂਕ ਕਰਕੇ ਅਸੀਂ ਪਹਿਲਾਂ ਹੀ ਅਵੇਅਰ ਕਰ ਸਕੀਏ ਕਿ ਤੁਸੀਂ ਪਾਣੀ ਨੂੰ ਕਿਸ ਤਰੀਕੇ ਨਾਲ ਸੇਵ ਕਰਨਾ ਹੈ ਜੇਕਰ ਵਾਟਰ ਪਲੂਟ ਹੁੰਦਾ ਹੈ ਤਾਂ ਇਹਦੇ ਤੁਹਾਡੇ ਲਈ ਕੀ ਨੁਕਸਾਨ ਨੇ ਸੈਕੰਡ ਹੈ ਵਾਟਰ ਕੁਆਲਿਟੀ ਮੈਨੇਜਮੈਂਟ ਪਾਣੀ ਦੀ ਗੁਣਾਤਮਕਤਾ ਦਾ ਪ੍ਰਬੰਧ ਹੁਣ ਜੋ ਇੰਡਸਟਰੀਅਲ ਤੇ ਜਿਹੜੇ ਅਰਬਨ ਏਰੀਆਜ਼ ਨੇ ਉਥੇ ਬਹੁਤ ਤਰ੍ਹਾਂ ਦੇ ਜਿਹੜੇ ਬੇਲੋੜੇ ਤਰਲ ਪਦਾਰਥ ਨੇ ਜਾਂ ਜਿਹੜੇ ਠੋਸ ਪਦਾਰਥ ਨੇ ਮੀਨਸ ਸੋਲਿਡ ਮਟੀਰੀਅਲ ਹੈ ਉਹ ਦੋਵੇਂ ਤਰ੍ਹਾਂ ਨਾਲ ਪਾਣੀ ਨੂੰ ਵੇਸਟ ਕਰਦੇ ਨੇ ਤੇ ਇਹਦੇ ਲਈ ਕੀ ਕਰਨਾ ਹੈ ਪਾਣੀ ਦੇ ਜਿਹੜੇ ਸਰੋਤ ਨੇ ਉਹਨਾਂ ਦੀ ਗੁਣਾਤਮਕਤਾ ਨੂੰ ਬਣਾਈ ਰੱਖਣਾ ਜ਼ਰੂਰੀ ਹੈ ਮੀਨਸ ਅਸੀਂ ਲੋਕਾਂ ਨੂੰ ਅਵੇਅਰ ਕਰਨਾ ਹੈ ਜਿਹੜੇ ਇੰਡਸਟਰੀ ਵਾਲੇ ਨੇ ਤੇ ਜਿਹੜੇ ਲੋਕ ਸ਼ਹਿਰਾਂ ਦੇ ਵਿੱਚ ਰਹਿ ਰਹੇ ਨੇ ਇਹ ਪਾਣੀ ਦੀ ਜਿਹੜੀ ਕੁਆਲਿਟੀ ਮੈਨੇਜਮੈਂਟ ਆ ਉਹ ਕਿੰਨੀ ਜ਼ਰੂਰੀ ਹੈ ਵਾਟਰ ਪੋਲਿਊਸ਼ਨ ਕੰਟਰੋਲ ਐਕਟ ਹੁਣ ਜਿਹੜਾ ਪਾਣੀ ਪ੍ਰਦੂਸ਼ਣ ਕੰਟਰੋਲ ਐਕਟ ਬਣਿਆ ਹੈ 1947 ਦੇ ਵਿੱਚ ਉਹਦੇ ਬਹੁਤ ਹੀ ਸਖਤਾਈ ਨਾਲ ਜਿਹੜੀ ਪਾਲਣਾ ਉਹ ਕਰਨੀ ਬਣਦੀ ਹੈ ਤੇ ਲੋਕਾਂ ਨੂੰ ਦੱਸਣਾ ਹੈ ਕਿ ਇਸ ਐਕਟ ਦੇ ਤਹਿਤ ਤੁਹਾਨੂੰ ਜਿਹੜੀ ਕੋਈ ਵੀ ਪੁਨਿਸ਼ਮੈਂਟ ਉਹ ਦਿੱਤੀ ਜਾ ਸਕਦੀ ਹੈ ਨੈਕਸਟ ਹੈ ਮੇਨਟੇਨਿੰਗ ਸਟੈਬਿਲਿਟੀ ਇਨ ਇਕੋਸਿਸਟਮ ਪਰਿਸਥਿਤੀ ਪ੍ਰਣਾਲੀ ਵਿੱਚ ਸਥਿਰਤਾ ਲਿਆਉਣਾ ਵਾਟਰ ਪੋਲੂਸ਼ਨ ਨੂੰ ਰੋਕਣ ਦੇ ਲਈ ਤੇ ਕੰਟਰੋਲ ਕਰਨ ਦੇ ਲਈ ਇਹ ਇੱਕ ਬਹੁਤ ਹੀ ਸਾਇੰਟੀਫਿਕ ਵੇ ਹੈ ਸਾਇੰਟੀਫਿਕ ਮੈਥਡ ਹੈ ਤੇ ਇਹਦਾ ਉਦੇਸ਼ ਜਿਹੜਾ ਵੇਸਟ ਮਟੀਰੀਅਲ ਹੈ ਉਹਨੂੰ ਘੱਟ ਕਰਨਾ ਹੁੰਦਾ ਹੈ ਤੇ ਜਿਹਦੇ ਵਿੱਚ ਪਾਣੀ ਦਾ ਜਿਹੜਾ ਪ੍ਰਦੂਸ਼ਨ ਹੁੰਦਾ ਹੈ ਤਾਂ ਜੋ ਅਸੀਂ ਪਾਣੀ ਦੇ ਪ੍ਰਦੂਸ਼ਨ ਨੂੰ ਰੋਕ ਸਕੀਏ ਇਹਦੇ ਵਿੱਚ ਜਿਹੜੀਆਂ ਭੌਤਿਕ ਤੇ ਜੈਵਿਕ ਵਿਧੀਆਂ ਨੇ ਉਹਨਾਂ ਦਾ ਪ੍ਰਯੋਗ ਕਰਕੇ ਜਿਹੜੇ ਪਾਣੀ ਦੇ ਸੋਰਸਸ ਨੇ ਉਹਨਾਂ ਦੀ ਜਿਹੜੀ ਸਿਕਿਉਰਿਟੀ ਹੈ ਉਹ ਬਣਾਈ ਜਾ ਸਕਦੀ ਹੈ ਨੈਕਸਟ ਹੈ ਰਿਮੂਵਲ ਆਫ ਵਾਟਰ ਪੋਲੂਸ਼ਨ ਹੁਣ ਜਿਹੜੇ ਵਾਟਰ ਨੂੰ ਪਲੂਟ ਕਰਨ ਵਾਲੇ ਪਲੂਟੈਂਟਸ ਹੁੰਦੇ ਨੇ ਪ੍ਰਦੂਸ਼ਕ ਹੁੰਦੇ ਨੇ ਉਹਨਾਂ ਨੂੰ ਵੱਖਰਾ ਕਰਨਾ ਇੀ ਮੀਨਸ ਉਹਨਾਂ ਨੂੰ ਅਲੱਗ ਕਰਨਾ ਹੈ ਤਾਂ ਜੋ ਉਹ ਬਾਰ-ਬਾਰ ਪਾਣੀ ਦੇ ਵਿੱਚ ਨਾ ਮਿਲ ਸਕਣ ਹੁਣ ਇਹਨਾਂ ਵਿੱਚ ਸੋਖਣ ਦੀ ਕਿਰਿਆ ਹੁੰਦੀ ਹੈ ਜਿਹੜਾ ਗੈਰ ਊਰਜਾ ਰਾਹੀਂ ਵੀ ਜਿਹੜੇ ਦੂਸ਼ਿਤ ਪਾਣੀ ਆ ਉਹਨੂੰ ਸ਼ੁੱਧ ਕੀਤਾ ਜਾ ਸਕਦਾ ਹੈ ਜਿਵੇਂ ਕਿ ਅਸੀਂ RO ਸਿਸਟਮ ਯੂਜ਼ ਕਰਦੇ ਹਾਂ ਤਾਂ ਉਹਦੇ ਨਾਲ ਕੀ ਹੁੰਦਾ ਹੈ ਵੀ ਜਿਹੜਾ ਪਾਣੀ ਹੈ ਉਹ ਸਾਡੇ ਕੋਲ ਸਾਫ਼ ਹੋ ਕੇ ਆਉਂਦਾ ਰਹਿੰਦਾ ਹੈ ਨੈਕਸਟ ਹੈ ਰੀਯੂਜ਼ਿੰਗ ਐਂਡ ਰੀਸਾਈਕਲਿੰਗ ਆਫ ਵੇਸਟ ਮੂੜ ਪ੍ਰਯੋਗ ਅਤੇ ਮੂੜ ਚੱਕਰ ਹੁਣ ਇੰਡਸਟਰੀਜ਼ ਤੋਂ ਜੋ ਵੀ ਜਿਹੜਾ ਵੇਸਟ ਮਟੀਰੀਅਲ ਬਾਹਰ ਨਿਕਲਦਾ ਏ ਤੇ ਜਿੱਥੇ ਜਾਂ ਜਿਹੜੇ ਕੋਈ ਜਿੱਥੇ ਬਿਜਲੀ ਵਗੈਰਾ ਬਣਦੀ ਹੈ ਥਰਮਲ ਪਲਾਂਟਸ ਨੇ ਤਾਂ ਇੱਥੇ ਸਾਰੀਆਂ ਚੀਜ਼ਾਂ ਦੇ ਵਿੱਚੋਂ ਜੋ ਵੀ ਫੋਕਟ ਮਟੀਰੀਅਲ ਬਾਹਰ ਆਉਂਦਾ ਏ ਉਹਨੂੰ ਰੀਯੂਜ਼ ਕਰਨਾ ਹੈ ਤੇ ਉਹਦਾ ਰੀਸਾਈਕਲ ਕਰਨਾ ਹੈ ਤਾਂ ਜੋ ਇਹ ਚੀਜ਼ਾਂ ਪਾਣੀ ਦੇ ਵਿੱਚ ਨਾ ਵਹਿ ਸਕਣ ਪਾਣੀ ਦੇ ਵਿੱਚ ਨਾ ਮਿਲ ਸਕਣ ਤੇ ਇਹਨਾਂ ਨੂੰ ਰੀਯੂਜ਼ ਕਰਕੇ ਕੋਈ ਜਿਹੜਾ ਹੋਰ ਇਹਨਾਂ ਤੋਂ ਕੰਮ ਆ ਉਹ ਲਿਆ ਜਾ ਸਕੇ। ਨੈਕਸਟ ਹੈ ਟ੍ਰੀਟਿੰਗ ਦਾ ਸੀਵੇਜ ਸੀਵਰੇਜ ਨੂੰ ਸਾਫ਼ ਕਰਨਾ। ਫਿਰ ਜੋ ਰਹਾਇਸ਼ੀ ਏਰੀਆ ਹੁੰਦੇ ਨੇ ਮੈਂ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਉੱਥੇ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਜਿਹੜਾ ਸੀਵਰੇਜ ਆ ਉਹਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। ਕਿਉਂਕਿ ਜੇਕਰ ਇਹਨੂੰ ਸਾਫ਼ ਕੀਤਾ ਜਾਏਗਾ ਤਾਂ ਜਿਹੜਾ ਪਾਣੀ ਉਹ ਸਹੀ ਤਰੀਕੇ ਨਾਲ ਆਪਣਾ ਫਲੋ ਦੇ ਵਿੱਚ ਵਹਿੰਦਾ ਰਹੇਗਾ ਤੇ ਦੂਸਰੇ ਪੀਣ ਵਾਲੇ ਪਾਣੀ ਦੇ ਵਿੱਚ ਮਿਕਸ ਨਹੀਂ ਹੋਏਗਾ। ਨੈਕਸਟ ਹੈ ਮਿਨਿਮਮ ਯੂਜ਼ ਆਫ ਫਰਟੀਲਾਈਜ਼ਰਸ ਫਿਰ ਜਿਹੜੀਆਂ ਖਾਦਾਂ ਨੇ ਉਹਨਾਂ ਦਾ ਵੀ ਪ੍ਰਯੋਗ ਬਹੁਤ ਘੱਟ ਤੋਂ ਘੱਟ ਕਰਨਾ ਮੀਨ ਜੇ ਰਿਕੁਆਇਰਮੈਂਟ ਹੈ ਤਾਂ ਹੀ ਜਿਹੜੀਆਂ ਖਾਦਾਂ ਨੇ ਉਹਨਾਂ ਦੀ ਵਰਤੋਂ ਕਰਨੀ ਹੈ ਨੈਕਸਟ ਹੈ ਮੇਨਟੇਨੈਂਸ ਆਫ ਨੇਚਰਲ ਰਿਸੋਰਸਸ ਕੁਦਰਤੀ ਪਾਣੀ ਦੇ ਸੋਮਿਆਂ ਦਾ ਰੱਖ-ਰਖਾਵ ਫਿਰ ਜਿਹੜੇ ਸਾਡੇ ਨੇਚਰਲ ਰਿਸੋਰਸਸ ਨੇ ਉਹਨਾਂ ਦੀ ਸੰਭਾਲ ਕਰਨੀ ਹੈ ਸੰਭਾਲ ਕਰਨਾ ਮਤਲਬ ਕਿ ਜੋ ਵੀ ਸਾਡੇ ਪਾਣੀ ਦੇ ਸੋਰਸਸ ਨੇ ਹੁਣ ਜਿਵੇਂ ਕਿ ਤਲਾਬ ਨੇ ਉਹਨਾਂ ਨੂੰ ਮਿੱਟੀ ਨਾਲ ਨਾ ਭਰਨ ਉਹ ਸੁੱਕਣ ਨਾ ਉਹਨਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਜਦੋਂ ਮੀਂਹ ਵਗੈਰਾ ਪੈਂਦਾ ਹੈ ਤਾਂ ਜਿਹੜੇ ਸਾਡੇ ਨੈਚੁਰਲ ਸਰSourceIPes ਨੇ ਉਹਨਾਂ ਦੇ ਵਿੱਚ ਜਿਹੜਾ ਪਾਣੀ ਇਹੋ ਜਮਾ ਹੋ ਸਕੇ ਨੈਕਸਟ ਹੈ ਪ੍ਰੋਮੋਸ਼ਨ ਟੂ ਟੋਪੀਕਲ ਕਲਚਰ ਮੱਛੀ ਪਾਲਣ ਨੂੰ ਉਤਸ਼ਾਹ ਹੁਣ ਜਿਹੜੀਆਂ ਮੱਛੀਆਂ ਨੇ ਉਹ ਸਮੁੰਦਰ ਦੇ ਪਾਣੀ ਨੂੰ ਸਾਫ਼ ਵੀ ਕਰਦੀਆਂ ਨੇ ਜਾਂ ਜਿੱਥੇ ਨਦੀਆਂ ਦੇ ਵਿੱਚ ਛੱਡੀਆਂ ਹੁੰਦੀਆਂ ਨੇ ਜਾਂ ਕਿਤੇ ਹੋਰ ਤਾਂ ਜਿਹੜਾ ਮੱਛੀ ਪਾਲਣ ਦੇ ਲਈ ਲੋਕਾਂ ਨੂੰ ਉਤਸ਼ਾਹਿਤ ਕਰਨਾ ਹੈ ਕਿਉਂਕਿ ਇਹ ਜਿਹੜੀਆਂ ਮੱਛੀਆਂ ਕੁਝ ਇਸ ਤਰ੍ਹਾਂ ਦੀ ਹੁੰਦੀਆਂ ਨੇ ਜਿਹੜਾ ਕਿ ਪਾਣੀ ਨੂੰ ਗੰਦਾ ਹੋਣ ਤੋਂ ਬਚਾਉਂਦੀਆਂ ਨੇ ਮਿੰਜੋਧ ਦੇ ਵਿੱਚ ਕੋਈ ਜਿਹੜੇ ਹੋਰ ਜੀਵ ਜੰਤੂ ਮਰ ਜਾਂਦੇ ਨੇ ਉਹਨਾਂ ਨੂੰ ਉਹਨਾਂ ਨੇ ਡੈੱਡ ਬਾਡੀਜ਼ ਨੂੰ ਖਾ ਲੈਂਦੀਆਂ ਨੇ ਤੇ ਜਿਹੜਾ ਕੋਈ ਹੋਰ ਫੋਕਟ ਪਦਾਰਥ ਹੁੰਦੇ ਨੇ ਉਹਨਾਂ ਨੂੰ ਵੀ ਇਹ ਖਤਮ ਕਰਦੀਆਂ ਰਹਿੰਦੀਆਂ ਨੇ ਨੈਕਸਟ ਹੈ ਬੈਨ ਔਨ ਡੈੱਡ ਬਾਡੀ ਥਰੋਇੰਗ ਹੁਣ ਪਾਣੀ ਦੇ ਵਿੱਚ ਭਾਵੇਂ ਕਿਸੇ ਵੀ ਤਰ੍ਹਾਂ ਦੀਆਂ ਨਦੀਆਂ ਨੇ ਕੋਈ ਸਮੁੰਦਰ ਨੇ ਉਹਨਾਂ ਵਿੱਚ ਜੋ ਡੈੱਡ ਬਾਡੀਜ਼ ਨੇ ਭਾਵੇਂ ਹਿਊਮਨ ਬੀਿੰਗ ਦੀ ਹੈ ਭਾਵੇਂ ਐਨੀਮਲਸ ਦੀ ਹੈ ਬਰਡਸ ਨੇ ਉਹਨਾਂ ਨੂੰ ਸੁੱਟਣ ਦੇ ਉੱਪਰ ਜਿਹੜੀ ਪਾਬੰਦੀ ਹੈ ਉਹ ਲਗਾਈ ਜਾਣੀ ਚਾਹੀਦੀ ਹੈ ਨੈਕਸਟ ਹੈ ਰਿਮੀਡੀਅਲਸ ਡਿਊਰਿੰਗ ਕੰਸਟ੍ਰਕਸ਼ਨ ਉਹ ਸਾਰੀ ਸਮੇਂ ਉਪਾਅ ਜੇ ਤੋ ਕੋਈ ਵੀ ਜਿਹੜੀਆਂ ਵੱਡੀ ਵੱਡੀਆਂ ਬਿਲਡਿੰਗਸ ਬਣ ਰਹੀਆਂ ਹੁੰਦੀਆਂ ਨੇ ਘਰ ਬਣ ਰਹੇ ਹੁੰਦੇ ਨੇ ਤਾਂ ਉੱਥੇ ਕੁਝ ਜਿਹੜੇ ਰਿਮੀਡੀਅਲਸ ਨੇ ਉਹਨਾਂ ਨੂੰ ਯੂਜ਼ ਕਰਨਾ ਜ਼ਰੂਰੀ ਹੁੰਦਾ ਹੈ ਕਿਉਂਕਿ ਉੱਥੋਂ ਵੀ ਜਿਹੜਾ ਪਾਣੀ ਦੀ ਵੇਸਟੇ ਜ਼ਿਆਦਾ ਹੁੰਦੀ ਹੈ ਜਿਵੇਂ ਕਿ ਜਦੋਂ ਪਾਣੀ ਨੂੰ ਯੂਜ਼ ਕੀਤਾ ਜਾਂਦਾ ਤਾਂ ਹਰ ਕੰਮ ਦੇ ਵਿੱਚ ਉੱਥੇ ਹੀ ਵਰਤ ਹੁੰਦੀ ਹੈ ਇਹਦੀ ਜਿਵੇਂ ਕਿ ਅਸੀਂ ਭਾਵੇਂ ਇੱਟਾਂ ਨੂੰ ਪਾਣੀ ਲਗਾਉਣਾ ਹੈ ਭਾਵੇਂ ਅਸੀਂ ਉੱਪਰ ਜਿਹੜੀ ਛੱਤ ਹੈ ਉਹਨੂੰ ਤਾਰ ਕਰਨਾ ਹੁੰਦਾ ਹੈ ਹੁਣ ਇਹਦੇ ਵਿੱਚ ਜਿਹੜਾ ਪਾਣੀ ਹੈ ਜਦੋਂ ਭਾਵੇਂ ਰਗੜਾਈ ਕਰਨੀ ਹੈ ਤਾਂ ਖਦੋਂ ਵੀ ਜ਼ਰੂਰਤ ਹੈ ਇਸ ਕਰਕੇ ਕੀ ਕਰਨਾ ਹੈ ਕੋਈ ਇਸ ਤਰ੍ਹਾਂ ਦੇ ਉਥੇ ਜਿਹੜੇ ਰਿਮੀਡੀਅਲ ਮੀਅਰਸ ਕੀਤੇ ਜਾਣ ਤਾਂ ਜੋ ਸਹੀ ਤਰੀਕੇ ਨਾਲ ਜਿਹੜਾ ਪਾਣੀ ਹੈ ਉਹਦੀ ਵਰਤੋਂ ਉਥੇ ਹੋ ਸਕੇ ਤੇ ਉਥੋਂ ਨਿਕਲਣ ਵਾਲਾ ਜਿਹੜਾ ਗੰਦਾ ਪਾਣੀ ਹੈ ਉਹ ਪੀਣ ਵਾਲੇ ਪਾਣੀ ਦੇ ਵਿੱਚ ਜਾ ਕੇ ਨਾ ਮਿਲੇ ਡੀਅਰ ਸਟੂਡੈਂਟਸ ਏ ਸੀ ਤੁਹਾਡਾ ਵਾਟਰ ਪਲੂਸ਼ਨ ਦੇ ਨਾਲ ਰਿਲੇਟਡ ਟਾਪਿਕ ਥੈਂਕਸ ਫॉर ਵਾਚਿੰਗ